ਹੀ ਮੀਂਹ ਤੋਂ ਬਾਅਦ ਹੁਣ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਦਰਿਆ ਤੇ ਨਦੀਆਂ ਉਫਾਨ ਤੇ ਨੇ। ਤਸਵੀਰਾਂ ਦੇਖੋ ਕਿਵੇਂ ਦਰਿਆ ਠਾਠਾ ਮਾਰਦਾ ਹੋਇਆ ਸੜਕਾਂ ਤੇ ਪਹੁੰਚ ਗਿਆ। ਲੋਕ ਇੱਥੇ ਜਾਨ ਜੋਖਮ ਚ ਪਾ ਕੇ ਇਹਨਾਂ ਸੜਕਾਂ ਨੂੰ ਪਾਰ ਕਰ ਰਹੇ ਨੇ। ਪੁਲ ਤੱਕ ਪਾਣੀ ਪਹੁੰਚ ਚੁੱਕਿਆ, ਖਤਰੇ ਦੇ ਨਿਸ਼ਾਨ ਤੋਂ ਵੀ ਪਾਰ ਹੋ ਚੁੱਕਿਆ ਹੈ ਤੇ ਇੱਥੇ ਤਬਾਹੀ ਦਾ ਮੰਜ਼ਰ ਵੀ ਨਜ਼ਰ ਆ ਰਿਹਾ ਹੈ। ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਵੜ ਚੁੱਕਿਆ ਹੈ, ਇੱਥੋਂ ਤੱਕ ਕਿ ਕਈ ਰਸਤੇ ਬਲੌਕ ਹੋ ਚੁੱਕੇ ਨੇ, ਕਈ ਟ੍ਰੇਨਾਂ ਵੀ ਰੱਦ ਕਰਨੀਆਂ ਪੈ ਗਈਆਂ ਨੇ। ਤਸਵੀਰਾਂ ਆਂਧਰਾ ਪ੍ਰਦੇਸ਼ ਦੀਆਂ ਨੇ ਤੇ ਆਂਧਰਾ ਪ੍ਰਦੇਸ਼ ਦਾ ਇਹ ਕ੍ਰਿਸ਼ਨਾ ਦਰਿਆ ਆ ਜੋ ਕਿ ਠਾਠਾ ਮਾਰਦਾ ਹੋਇਆ ਹੁਣ ਸੜਕਾਂ ਤੱਕ ਪਹੁੰਚ ਗਿਆ ਹੈ। ਪੁਲ ਤੱਕ ਵੀ ਇਹ ਪਾਣੀ ਪਹੁੰਚ ਚੁੱਕਿਆ ਹੈ, ਪੁਲ ਨੂੰ ਵੀ ਪਾਰ ਕਰਦਾ ਹੋਇਆ ਦੂਜੇ ਪਾਸੇ ਨੂੰ ਵਹਿ ਰਿਹਾ ਹੈ ਤੇ ਇੱਥੇ ਇਹ ਸੜਕਾਂ ਦੇ ਬਿਲਕੁਲ ਨਾਲ ਲੱਗਿਆ ਹੋਇਆ। ਲੋਕ ਦੇਖੋ ਕਿੰਨੇ ਜਾਨ ਜੋਖਿਮ ਦੇ ਵਿੱਚ ਪਾ ਕੇ ਇਹਨਾਂ ਪੁਲਾਂ ਨੂੰ ਪਾਰ ਕਰ ਰਹੇ ਨੇ, ਜਿਨ੍ਹਾਂ ਨੂੰ ਦਰਿਆ ਦਾ ਪਾਣੀ ਵੀ ਛੂ ਰਿਹਾ ਹੈ, ਠਾਠਾ ਮਾਰਦਾ ਹੋਇਆ ਸੜਕਾਂ ਦੇ ਉੱਤੋਂ ਦੀ ਲੰਘ ਰਿਹਾ ਹੈ। ਗੱਲ ਕਰੀਏ ਲੋਕਾਂ ਦੇ ਘਰਾਂ ਦੀ, ਰਿਹਾਇਸ਼ੀ ਇਲਾਕਿਆਂ ਦੀ, ਤਾਂ ਇੱਥੇ ਕਈ ਥਾਵਾਂ ਦੇ ਉੱਤੇ ਪਾਣੀ ਭਰਿਆ ਹੋਇਆ ਹੈ। ਵਿਜੇਵਾੜਾ ਦੀ ਗੱਲ ਕਰੀਏ ਤਾਂ ਇੱਥੇ ਵੀ ਹਾਲਾਤ ਵੱਧ ਤੋਂ ਬਦਤਰ ਹੋ ਚੁੱਕੇ ਨੇ, ਕਿਉਂਕਿ ਇੱਥੇ ਵੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਿਆ ਹੈ। ਜੇ ਰੇਲਵੇ ਵਿਭਾਗ ਦੀ ਗੱਲ ਕਰੀਏ ਤਾਂ ਕਈ ਟ੍ਰੇਨਾਂ ਰੱਦ ਕਰਨੀਆਂ ਪਈਆਂ ਨੇ, 99 ਟ੍ਰੇਨਾਂ ਦੱਸੀਆਂ ਜਾ ਰਹੀਆਂ ਨੇ ਤੇਲੰਗਾਨਾ ਆਂਧਰਾ ਪ੍ਰਦੇਸ਼ ਦੇ ਵਿੱਚ ਰੱਦ ਕਰਨੀਆਂ ਪਈਆਂ ਨੇ, ਕਈਆਂ ਦੇ ਰੂਟ ਬਦਲਣੇ ਪਏ ਨੇ, ਲੋਕਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ। ਤਸਵੀਰਾਂ ਦੇਖੋ ਤੇ ਇਹ ਪਾਣੀ ਦੇਖੋ, ਇਸ ਦਾ ਤੇਜ਼ ਵਹਾਅ ਤੇ ਜੋ ਪੁਲ ਨੂੰ ਛੂ ਰਿਹਾ ਹੈ, ਸੜਕਾਂ ਨੂੰ ਛੂ ਰਿਹਾ ਹੈ, ਤਾਂ ਇੱਥੇ ਇੱਕ ਖੌਫਨਾਕ ਮੰਜ਼ਰ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਕੋਈ ਵੀ ਡਰ ਜਾਏ। ਲਗਾਤਾਰ ਪੈ ਰਹੀ ਮੀਂਹ ਤੋਂ ਬਾਅਦ ਹੁਣ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਦਰਿਆ ਤੇ ਨਦੀਆਂ ਉਫਾਨ ਤੇ ਨੇ। ਤਸਵੀਰਾਂ ਦੇਖੋ ਕਿਵੇਂ ਦਰਿਆ ਠਾਠਾ ਮਾਰਦਾ ਹੋਇਆ ਸੜਕਾਂ ਤੇ ਪਹੁੰਚ ਗਿਆ ਹੈ। ਲੋਕ ਇੱਥੇ ਜਾਨ ਜੋਖਮ ਚ ਪਾ ਕੇ ਇਹਨਾਂ ਸੜਕਾਂ ਨੂੰ ਪਾਰ ਕਰ ਰਹੇ ਨੇ। ਪੁਲ ਤੱਕ ਪਾਣੀ ਪਹੁੰਚ ਚੁੱਕਿਆ ਹੈ, ਖਤਰੇ ਦੇ ਨਿਸ਼ਾਨ ਤੋਂ ਵੀ ਪਾਰ ਹੋ ਚੁੱਕਿਆ ਹੈ ਤੇ ਇੱਥੇ ਤਬਾਹੀ ਦਾ ਮੰਜ਼ਰ ਵੀ ਨਜ਼ਰ ਆ ਰਿਹਾ ਹੈ। ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਵੜ ਚੁੱਕਿਆ ਹੈ, ਇੱਥੋਂ ਤੱਕ ਕਿ ਕਈ ਰਸਤੇ ਬਲੌਕ ਹੋ ਚੁੱਕੇ ਨੇ, ਕਈ ਟ੍ਰੇਨਾਂ ਵੀ ਰੱਦ ਕਰਨੀਆਂ ਪੈ ਗਈਆਂ ਨੇ। ਤਸਵੀਰਾਂ ਆਂਧਰਾ ਪ੍ਰਦੇਸ਼ ਦੀਆਂ ਨੇ ਤੇ ਆਂਧਰਾ ਪ੍ਰਦੇਸ਼ ਦਾ ਇਹ ਕ੍ਰਿਸ਼ਨਾ ਦਰਿਆ ਆ ਜੋ ਕਿ ਠਾਠਾ ਮਾਰਦਾ ਹੋਇਆ ਹੁਣ ਸੜਕਾਂ ਤੱਕ ਪਹੁੰਚ ਗਿਆ ਹੈ। ਪੁਲ ਤੱਕ ਵੀ ਇਹ ਪਾਣੀ ਪਹੁੰਚ ਚੁੱਕਿਆ ਹੈ, ਪੁਲ ਨੂੰ ਵੀ ਪਾਰ ਕਰਦਾ ਹੋਇਆ ਦੂਜੇ ਪਾਸੇ ਨੂੰ ਵਹਿ ਰਿਹਾ ਹੈ ਤੇ ਇੱਥੇ ਇਹ ਸੜਕਾਂ ਦੇ ਬਿਲਕੁਲ ਨਾਲ ਲੱਗਿਆ ਹੋਇਆ। ਲੋਕ ਦੇਖੋ ਕਿੰਨੇ ਜਾਨ ਜੋਖਿਮ ਦੇ ਵਿੱਚ ਪਾ ਕੇ ਇਹਨਾਂ ਪੁਲਾਂ ਨੂੰ ਪਾਰ ਕਰ ਰਹੇ ਨੇ, ਜਿਨ੍ਹਾਂ ਨੂੰ ਦਰਿਆ ਦਾ ਪਾਣੀ ਵੀ ਛੂ ਰਿਹਾ ਹੈ, ਠਾਠਾ ਮਾਰਦਾ ਹੋਇਆ ਸੜਕਾਂ ਦੇ ਉੱਤੋਂ ਦੀ ਲੰਘ ਰਿਹਾ ਹੈ। ਗੱਲ ਕਰੀਏ ਲੋਕਾਂ ਦੇ ਘਰਾਂ ਦੀ, ਰਿਹਾਇਸ਼ੀ ਇਲਾਕਿਆਂ ਦੀ, ਤਾਂ ਇੱਥੇ ਕਈ ਥਾਵਾਂ ਦੇ ਉੱਤੇ ਪਾਣੀ ਭਰਿਆ ਹੋਇਆ ਹੈ। ਵਿਜੇਵਾੜਾ ਦੀ ਗੱਲ ਕਰੀਏ ਤਾਂ ਇੱਥੇ ਵੀ ਹਾਲਾਤ ਵੱਧ ਤੋਂ ਬਦਤਰ ਹੋ ਚੁੱਕੇ ਨੇ, ਕਿਉਂਕਿ ਇੱਥੇ ਵੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਿਆ ਹੈ। ਜੇ ਰੇਲਵੇ ਵਿਭਾਗ ਦੀ ਗੱਲ ਕਰੀਏ ਤਾਂ ਕਈ ਟ੍ਰੇਨਾਂ ਰੱਦ ਕਰਨੀਆਂ ਪਈਆਂ ਨੇ, 99 ਟ੍ਰੇਨਾਂ ਦੱਸੀਆਂ ਜਾ ਰਹੀਆਂ ਨੇ ਤੇਲੰਗਾਨਾ ਆਂਧਰਾ ਪ੍ਰਦੇਸ਼ ਦੇ ਵਿੱਚ ਰੱਦ ਕਰਨੀਆਂ ਪਈਆਂ ਨੇ, ਕਈਆਂ ਦੇ ਰੂਟ ਬਦਲਣੇ ਪਏ ਨੇ, ਲੋਕਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ। ਤਸਵੀਰਾਂ ਦੇਖੋ ਤੇ ਇਹ ਪਾਣੀ ਦੇਖੋ, ਇਸ ਦਾ ਤੇਜ਼ ਵਹਾਅ ਤੇ ਜੋ ਪੁਲ ਨੂੰ ਛੂ ਰਿਹਾ ਹੈ, ਸੜਕਾਂ ਨੂੰ ਛੂ ਰਿਹਾ ਹੈ, ਤਾਂ ਇੱਥੇ ਇੱਕ ਖੌਫਨਾਕ ਮੰਜ਼ਰ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਕੋਈ ਵੀ ਡਰ ਜਾਏ। ਲਗਾਤਾਰ ਪੈ ਰਹੀ ਮੀਂਹ ਤੋਂ ਬਾਅਦ ਹੁਣ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਦਰਿਆ ਤੇ ਨਦੀਆਂ ਉਫਾਨ ਤੇ ਨੇ। ਤਸਵੀਰਾਂ ਦੇਖੋ ਕਿਵੇਂ ਦਰਿਆ ਠਾਠਾ ਮਾਰਦਾ ਹੋਇਆ ਸੜਕਾਂ ਤੇ ਪਹੁੰਚ ਗਿਆ ਹੈ। ਲੋਕ ਇੱਥੇ ਜਾਨ ਜੋਖਮ ਚ ਪਾ ਕੇ ਇਹਨਾਂ ਸੜਕਾਂ ਨੂੰ ਪਾਰ ਕਰ ਰਹੇ ਨੇ। ਪੁਲ ਤੱਕ ਪਾਣੀ ਪਹੁੰਚ ਚੁੱਕਿਆ ਹੈ, ਖਤਰੇ ਦੇ ਨਿਸ਼ਾਨ ਤੋਂ ਵੀ ਪਾਰ ਹੋ ਚੁੱਕਿਆ ਹੈ ਤੇ ਇੱਥੇ ਤਬਾਹੀ ਦਾ ਮੰਜ਼ਰ ਵੀ ਨਜ਼ਰ ਆ ਰਿਹਾ ਹੈ। ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਵੜ ਚੁੱਕਿਆ ਹੈ, ਇੱਥੋਂ ਤੱਕ ਕਿ ਕਈ ਰਸਤੇ ਬਲੌਕ ਹੋ ਚੁੱਕੇ ਨੇ, ਕਈ ਟ੍ਰੇਨਾਂ ਵੀ ਰੱਦ ਕਰਨੀਆਂ ਪੈ ਗਈਆਂ ਨੇ। ਤਸਵੀਰਾਂ ਆਂਧਰਾ ਪ੍ਰਦੇਸ਼ ਦੀਆਂ ਨੇ ਤੇ ਆਂਧਰਾ ਪ੍ਰਦੇਸ਼ ਦਾ ਇਹ ਕ੍ਰਿਸ਼ਨਾ ਦਰਿਆ ਆ ਜੋ ਕਿ ਠਾਠਾ ਮਾਰਦਾ ਹੋਇਆ ਹੁਣ ਸੜਕਾਂ ਤੱਕ ਪਹੁੰਚ ਗਿਆ ਹੈ।
ਪੁਲ ਤੱਕ ਵੀ ਇਹ ਪਾਣੀ ਪਹੁੰਚ ਚੁੱਕਿਆ ਹੈ। ਪੁਲ ਨੂੰ ਵੀ ਪਾਰ ਕਰਦਾ ਹੋਇਆ ਦੂਜੇ ਪਾਸੇ ਨੂੰ ਵਹਿ ਰਿਹਾ ਹੈ ਤੇ ਇੱਥੇ ਇਸ ਸੜਕਾਂ ਦੇ ਬਿਲਕੁਲ ਨਾਲ ਲੱਗਿਆ ਹੋਇਆ। ਲੋਕ ਦੇਖੋ ਕਿੰਨੀ ਜਾਨ ਜੋਖਿਮ ਦੇ ਵਿੱਚ ਪਾ ਕੇ ਇਹਨਾਂ ਪੁਲਾਂ ਨੂੰ ਪਾਰ ਕਰ ਰਹੇ ਨੇ, ਜਿਨ੍ਹਾਂ ਨੂੰ ਦਰਿਆ ਦਾ ਪਾਣੀ ਵੀ ਛੂ ਰਿਹਾ ਹੈ। ਠਾਠਾ ਮਾਰਦਾ ਹੋਇਆ ਸੜਕਾਂ ਦੇ ਉੱਤੋਂ ਦੀ ਲੰਘ ਰਿਹਾ ਹੈ। ਗੱਲ ਕਰੀਏ ਲੋਕਾਂ ਦੇ ਘਰਾਂ ਦੀ, ਰਿਹਾਇਸ਼ੀ ਇਲਾਕਿਆਂ ਦੀ, ਤਾਂ ਇੱਥੇ ਕਈ ਥਾਵਾਂ ਦੇ ਉੱਤੇ ਪਾਣੀ ਭਰਿਆ ਹੋਇਆ ਹੈ। ਵਿਜੇਵਾੜਾ ਦੀ ਗੱਲ ਕਰੀਏ ਤਾਂ ਇੱਥੇ ਵੀ ਹਾਲਾਤ ਵੱਧ ਤੋਂ ਬਦਤਰ ਹੋ ਚੁੱਕੇ ਨੇ, ਕਿਉਂਕਿ ਇੱਥੇ ਵੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਿਆ ਹੈ। ਜੇ ਰੇਲਵੇ ਵਿਭਾਗ ਦੀ ਗੱਲ ਕਰੀਏ ਤਾਂ ਕਈ ਟ੍ਰੇਨਾਂ ਰੱਦ ਕਰਨੀਆਂ ਪਈਆਂ ਨੇ, 99 ਟ੍ਰੇਨਾਂ ਦੱਸੀਆਂ ਜਾ ਰਹੀਆਂ ਨੇ। ਤੇਲੰਗਾਨਾ, ਆਂਧਰਾ ਪ੍ਰਦੇਸ਼ ਦੇ ਵਿੱਚ ਰੱਦ ਕਰਨੀਆਂ ਪਈਆਂ ਨੇ, ਕਈਆਂ ਦੇ ਰੂਟ ਬਦਲਣੇ ਪਏ ਨੇ। ਲੋਕਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ। ਤਸਵੀਰਾਂ ਦੇਖੋ ਤੇ ਇਹ ਪਾਣੀ ਦੇਖੋ, ਇਸਦਾ ਤੇਜ਼ ਵਹਾਅ ਤੇ ਜੋ ਪੁਲ ਨੂੰ ਛੂ ਰਿਹਾ ਹੈ, ਸੜਕਾਂ ਨੂੰ ਛੂ ਰਿਹਾ ਹੈ, ਤਾਂ ਇੱਥੇ ਇੱਕ ਖੌਫਨਾਕ ਮੰਜ਼ਰ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਕੋਈ ਵੀ ਡਰ ਜਾਏ। ਲਗਾਤਾਰ ਪੈ ਰਹੀ ਮੀਂਹ ਤੋਂ ਬਾਅਦ ਹੁਣ ਖੌਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਦਰਿਆ ਤੇ ਨਦੀਆਂ ਉਫਾਨ ਤੇ ਨੇ। ਤਸਵੀਰਾਂ ਦੇਖੋ ਕਿਵੇਂ ਦਰਿਆ ਠਾਠਾ ਮਾਰਦਾ ਹੋਇਆ ਸੜਕਾਂ ਤੇ ਪਹੁੰਚ ਗਿਆ ਹੈ। ਲੋਕ ਇੱਥੇ ਜਾਨ ਜੋਖਮ ਚ ਪਾ ਕੇ ਇਹਨਾਂ ਸੜਕਾਂ ਨੂੰ ਪਾਰ ਕਰ ਰਹੇ ਨੇ। ਪੁਲ ਤੱਕ ਪਾਣੀ ਪਹੁੰਚ ਚੁੱਕਿਆ ਹੈ, ਖਤਰੇ ਦੇ ਨਿਸ਼ਾਨ ਤੋਂ ਵੀ ਪਾਰ ਹੋ ਚੁੱਕਿਆ ਹੈ ਤੇ ਇੱਥੇ ਤਬਾਹੀ ਦਾ ਮੰਜ਼ਰ ਵੀ ਨਜ਼ਰ ਆ ਰਿਹਾ ਹੈ। ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਵੜ ਚੁੱਕਿਆ ਹੈ, ਇੱਥੋਂ ਤੱਕ ਕਿ ਕਈ ਰਸਤੇ ਬਲੌਕ ਹੋ ਚੁੱਕੇ ਨੇ, ਕਈ ਟ੍ਰੇਨਾਂ ਵੀ ਰੱਦ ਕਰਨੀਆਂ ਪੈ ਗਈਆਂ ਨੇ। ਤਸਵੀਰਾਂ ਆਂਧਰਾ ਪ੍ਰਦੇਸ਼ ਦੀਆਂ ਨੇ ਤੇ ਆਂਧਰਾ ਪ੍ਰਦੇਸ਼ ਦਾ ਇਹ ਕ੍ਰਿਸ਼ਨਾ ਦਰਿਆ ਆ ਜੋ ਕਿ ਠਾਠਾ ਮਾਰਦਾ ਹੋਇਆ ਹੁਣ ਸੜਕਾਂ ਤੱਕ ਪਹੁੰਚ ਗਿਆ ਹੈ। ਪੁਲ ਤੱਕ ਵੀ ਇਹ ਪਾਣੀ ਪਹੁੰਚ ਚੁੱਕਿਆ ਹੈ, ਪੁਲ ਨੂੰ ਵੀ ਪਾਰ ਕਰਦਾ ਹੋਇਆ ਦੂਜੇ ਪਾਸੇ ਨੂੰ ਵਹਿ ਰਿਹਾ ਹੈ ਤੇ ਇੱਥੇ ਇਸ ਸੜਕਾਂ ਦੇ ਬਿਲਕੁਲ ਨਾਲ ਲੱਗਿਆ ਹੋਇਆ। ਲੋਕ ਦੇਖੋ ਕਿੰਨੀ ਜਾਨ ਜੋਖਿਮ ਦੇ ਵਿੱਚ ਪਾ ਕੇ ਇਹਨਾਂ ਪੁਲਾਂ ਨੂੰ ਪਾਰ ਕਰ ਰਹੇ ਨੇ, ਜਿਨ੍ਹਾਂ ਨੂੰ ਦਰਿਆ ਦਾ ਪਾਣੀ ਵੀ ਛੂ ਰਿਹਾ ਹੈ। ਠਾਠਾ ਮਾਰਦਾ ਹੋਇਆ ਸੜਕਾਂ ਦੇ ਉੱਤੋਂ ਦੀ ਲੰਘ ਰਿਹਾ ਹੈ। ਗੱਲ ਕਰੀਏ ਲੋਕਾਂ ਦੇ ਘਰਾਂ ਦੀ, ਰਿਹਾਇਸ਼ੀ ਇਲਾਕਿਆਂ ਦੀ, ਤਾਂ ਇੱਥੇ ਕਈ ਥਾਵਾਂ ਦੇ ਉੱਤੇ ਪਾਣੀ ਭਰਿਆ ਹੋਇਆ ਹੈ। ਵਿਜੇਵਾੜਾ ਦੀ ਗੱਲ ਕਰੀਏ ਤਾਂ ਇੱਥੇ ਵੀ ਹਾਲਾਤ ਵੱਧ ਤੋਂ ਬਦਤਰ ਹੋ ਚੁੱਕੇ ਨੇ, ਕਿਉਂਕਿ ਇੱਥੇ ਵੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਿਆ ਹੈ। ਜੇ ਰੇਲਵੇ ਵਿਭਾਗ ਦੀ ਗੱਲ ਕਰੀਏ ਤਾਂ ਕਈ ਟ੍ਰੇਨਾਂ ਰੱਦ ਕਰਨੀਆਂ ਪਈਆਂ ਨੇ, 99 ਟ੍ਰੇਨਾਂ ਦੱਸੀਆਂ ਜਾ ਰਹੀਆਂ ਨੇ। ਤੇਲੰਗਾਨਾ, ਆਂਧਰਾ ਪ੍ਰਦੇਸ਼ ਦੇ ਵਿੱਚ ਰੱਦ ਕਰਨੀਆਂ ਪਈਆਂ ਨੇ, ਕਈਆਂ ਦੇ ਰੂਟ ਬਦਲਣੇ ਪਏ ਨੇ। ਲੋਕਾਂ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਚੁੱਕਿਆ ਹੈ। ਤਸਵੀਰਾਂ ਦੇਖੋ ਤੇ ਇਹ ਪਾਣੀ ਦੇਖੋ, ਇਸਦਾ ਤੇਜ਼ ਵਹਾਅ ਤੇ ਜੋ ਪੁਲ ਨੂੰ ਛੂ ਰਿਹਾ ਹੈ, ਸੜਕਾਂ ਨੂੰ ਛੂ ਰਿਹਾ ਹੈ, ਤਾਂ ਇੱਥੇ ਇੱਕ ਖੌਫਨਾਕ ਮੰਜ਼ਰ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਕੋਈ ਵੀ ਡਰ ਜਾਏ।